ਪੇਸ਼ ਕਰਤਾ ਹੂੰ। ਸਰਵਾ ਭਾਈ, ਬਿਲਾਲ ਸਾਹਿਬ ਸੇ ਬਹੁਤ ਦਿਨ ਕੇ ਬਾਅਦ ਕਿਸੀ ਮਹਿਫਿਲ ਮੇਂ ਮੁਲਾਕਾਤ ਹੋ ਰਹੀ ਹੈ। ਉਲਮਾਉਦ-ਏ-ਦੀਨ ਪੀਛੇ ਤਸ਼ਰੀਫ ਫਰਮਾ ਹੈ, ਮੈਂ ਗੁਜ਼ਾਰਿਸ਼ ਕਰਤਾ ਹੂੰ ਆਗੇ ਤਸ਼ਰੀਫ ਲੈ ਆਏ। ਉਲਮਾਉਦ-ਏ-ਦੀਨ ਹਜ਼ਰਤ, ਹਜ਼ਰਤ ਮਤਲਬ ਮਤਲਬ ਪੇਸ਼ ਕਰਤਾ ਹੂੰ, ਪੇਸ਼ ਕਰਤਾ ਹੂੰ ਕਿ ਮੱਕਾ ਮਦੀਨਾ ਤੂਸ ਨਜਫ ਸਾਮਰਾ ਮੇਂ ਹੈ, ਮੱਕਾ ਮਦੀਨਾ ਤੂਸ ਨਜਫ ਸਾਮਰਾ ਮੇਂ ਹੈ, ਇਸਲਾਮ ਸਿਰਫ ਨਿਸਬਤੇ ਆਲੇ ਅਬਾ ਮੇਂ ਹੈ। ਮੱਕਾ ਮਦੀਨਾ ਤੂਸ ਨਜਫ ਸਾਮਰਾ ਮੇਂ ਹੈ, ਇਸਲਾਮ ਸਿਰਫ ਨਿਸਬਤੇ ਆਲੇ ਅਬਾ ਮੇਂ ਹੈ। ਔਰ ਯੇ ਨੂਰ ਯੂੰ ਹੀ ਟੂਟ ਕੇ ਬਰਸਾ ਨਹੀਂ ਹੈ ਆਜ, ਯੇ ਨੂਰ ਯੂੰ ਹੀ ਟੂਟ ਕੇ ਬਰਸਾ ਨਹੀਂ ਹੈ ਆਜ, ਆਮਦ ਬਹਾਰ ਕੀ ਚਮਨੇ ਫਾਤਿਮਾ ਮੇਂ ਹੈ, ਆਮਦ ਬਹਾਰ ਕੀ ਚਮਨੇ ਫਾਤਿਮਾ ਮੇਂ ਹੈ, ਯੇ ਨੂਰ ਯੂੰ ਹੀ ਟੂਟ ਕੇ ਬਰਸਾ ਨਹੀਂ ਹੈ ਆਜ, ਆਮਦ ਬਹਾਰ ਕੀ ਚਮਨੇ ਫਾਤਿਮਾ ਮੇਂ ਹੈ। ਔਰ ਯੇ ਹੈ ਮੇਰੇ ਇਮਾਮ ਕੀ ਆਮਦ ਕਾ ਹੈ ਤਮਾਮ, ਯੇ ਹੈ ਮੇਰੇ ਇਮਾਮ ਕੀ ਆਮਦ ਕਾ ਹੈ ਤਮਾਮ, ਹੈ ਰੋਸ਼ਨੀ ਫਿਜ਼ਾਓ ਮੇਂ ਖੁਸ਼ਬੂ ਹਵਾ ਮੇਂ ਹੈ, ਯੇ ਹੈ ਮੇਰੇ ਇਮਾਮ ਕੀ ਆਮਦ ਕਾ ਹੈ ਤਮਾਮ, ਹੈ ਰੋਸ਼ਨੀ ਫਿਜ਼ਾਓ ਮੇਂ ਖੁਸ਼ਬੂ ਹਵਾ ਮੇਂ ਹੈ। ਔਰ ਦਰਦ ਇੱਕ ਸ਼ੇਰ ਪੇਸ਼ ਕਰਤਾ ਹੂੰ ਸਮਾਤ ਕਰ ਲੇ, ਕਿਬਲਾ ਤਸ਼ਰੀਫ ਫਰਮਾਇਆ ਕਿ ਫਹਿਰਿਸਤੇ ਅੰਬੀਆ ਮੇਂ ਨਹੀਂ ਏਤਰਾਫ਼ ਹੈ, ਫਹਿਰਿਸਤੇ ਅੰਬੀਆ ਮੇਂ ਨਹੀਂ ਏਤਰਾਫ਼ ਹੈ, ਲੇਕਿਨ ਬਹੁਤ ਬੜਾ ਹੈ ਜੋ ਅਹਿਲ ਅਜ਼ਾ ਮੇਂ ਹੈ। ਫਹਿਰਿਸਤੇ ਅੰਬੀਆ ਮੇਂ ਨਹੀਂ, ਫਹਿਰਿਸਤੇ ਅੰਬੀਆ ਮੇਂ ਨਹੀਂ ਏਤਰਾਫ਼ ਹੈ, ਲੇਕਿਨ ਬਹੁਤ ਬੜਾ ਹੈ ਜੋ ਅਹਿਲ ਅਜ਼ਾ ਮੇਂ ਹੈ। ਔਰ ਸ਼ੇਰ ਪੇਸ਼ ਕਰਤਾ ਹੂੰ ਕਿ ਫਹਿਰਿਸਤੇ ਅੰਬੀਆ ਮੇਂ ਨਹੀਂ ਏਤਰਾਫ਼ ਹੈ, ਲੇਕਿਨ ਬਹੁਤ ਬੜਾ ਹੈ ਜੋ ਅਹਿਲ ਅਜ਼ਾ ਮੇਂ ਹੈ। ਔਰ ਸਰਜ਼ਦ ਨਹੀਂ ਹੋਈ ਹੈ ਕਭੀ ਬੇਵਫਾਈਆਂ, ਸਰਜ਼ਦ ਨਹੀਂ ਹੋਈ ਹੈ ਕਭੀ ਬੇਵਫਾਈਆਂ, ਸ਼ਾਇਦ ਮੇਰਾ ਸ਼ਊਰ ਵੀ ਸ਼ਹਿਰੇ ਵਫਾ ਮੇਂ ਹੈ, ਸ਼ਾਇਦ ਮੇਰਾ ਸ਼ਊਰ ਵੀ ਸ਼ਹਿਰੇ ਵਫਾ ਮੇਂ ਹੈ, ਸਰਜ਼ਦ ਨਹੀਂ ਹੋਈ ਹੈ, ਸਰਜ਼ਦ ਨਹੀਂ ਹੋਈ ਹੈ ਕਭੀ ਬੇਵਫਾਈਆਂ, ਸ਼ਾਇਦ ਮੇਰਾ ਸ਼ਊਰ ਵੀ ਸ਼ਹਿਰੇ ਵਫਾ ਮੇਂ ਹੈ। ਔਰ ਯੇ ਮਸਜਿਦੇ ਕਭੀ ਵੀ ਕਸੌਟੀ ਨਹੀਂ ਰਹੀ, ਨਿਸ਼ਾਨ ਸਾਹਿਬ ਸ਼ੇਰ ਪੇਸ਼ ਕਰਤਾ ਹੂੰ, ਯੇ ਮਸਜਿਦੇ ਕਭੀ ਵੀ ਕਸੌਟੀ ਨਹੀਂ ਰਹੀ, ਇਸਲਾਮ ਕੀ ਪਰਖ ਤੋ ਦਯਾਰ ਅਜ਼ਾ ਮੇਂ ਹੈ, ਮਦਰਸੇ ਕਭੀ ਵੀ ਕਸੌਟੀ ਨਹੀਂ ਰਹੀ, ਯੇ ਮਸਜਿਦੇ ਕਭੀ ਵੀ ਕਸੌਟੀ ਨਹੀਂ ਰਹੀ, ਇਸਲਾਮ ਕੀ ਪਰਖ ਤੋ ਦਯਾਰ ਅਜ਼ਾ ਮੇਂ ਹੈ, ਸਰਜ਼ਦ ਨਹੀਂ ਹੋਈ ਹੈ ਕਭੀ ਬੇਵਫਾਈਆਂ, ਸ਼ਾਇਦ ਮੇਰਾ ਸ਼ਊਰ ਵੀ ਅਹਿਲ ਅਜ਼ਾ ਮੇਂ ਹੈ, ਸ਼ਾਇਦ ਮੇਰਾ ਸ਼ਊਰ ਵੀ ਸ਼ਹਿਰੇ ਵਫਾ ਮੇਂ ਹੈ। ਔਰ ਯੇ ਨੂਰ ਯੂੰ ਹੀ ਟੂਟ ਕੇ ਬਰਸਾ ਨਹੀਂ ਹੈ ਆਜ, ਆਮਦ ਬਹਾਰ ਕੀ ਚਮਨ ਫਾਤਿਮਾ ਮੇਂ ਹੈ। ਹਜ਼ਰਤ ਮਮਦੂ ਕੇ ਹਵਾਲੇ ਸੇ ਏਕ ਮਤਲਬ ਔਰ ਚੰਦ ਸ਼ੇਰ ਪੇਸ਼ ਕਰਤਾ ਹੂੰ, ਹਜ਼ਰਤ ਮਤਲਬ ਪੇਸ਼ ਕਰਤਾ ਹੂੰ ਕਿ ਜ਼ੁਲਮ ਕੇ ਪਾਓ ਮੇਂ ਪੇੜੀ ਡਾਲ ਦੀ ਸੱਜਾਦ ਨੇ, ਜ਼ੁਲਮ ਕੇ ਪਾਓ ਮੇਂ ਪੇੜੀ ਡਾਲ ਦੀ ਸੱਜਾਦ ਨੇ, ਫੈਸਲਾ ਕੁਨ ਜੰਗ ਜ਼ਾਲਿਮ ਸੇ ਲੜੀ ਸੱਜਾਦ ਨੇ, ਜ਼ੁਲਮ ਕੇ ਪਾਓ ਮੇਂ ਬੇੜੀ ਡਾਲ ਦੀ ਸੱਜਾਦ ਨੇ, ਫੈਸਲਾ ਕੁਨ ਜੰਗ ਜ਼ਾਲਿਮ ਸੇ ਲੜੀ ਸੱਜਾਦ ਨੇ। ਔਰ ਫਿਰ ਕੋਈ ਸ਼ੇਰ ਪੇਸ਼ ਕਰਤਾ ਹੂੰ ਕਿ ਫਿਰ ਕੋਈ ਫਾਸਿਖ ਨਾ ਕਰ ਪਾਏ, ਫਿਰ ਕੋਈ ਫਾਸਿਖ ਨਾ ਕਰ ਪਾਇਆ ਕਭੀ ਬਯਾ ਤਲਬ, ਫਿਰ ਕੋਈ ਫਾਸਿਖ ਨਾ ਕਰ ਪਾਇਆ ਕਭੀ ਬਯਾ ਤਲਬ, ਸਰ ਸੇ ਪਾਉ ਤੱਕ ਪਹਿਨਾ ਦੀ ਹਕੜੀ ਸੱਜਾਦ, ਫਿਰ ਕੋਈ ਫਾਸਿਖ ਜ਼ੁਲਮ ਕੇ ਪਾਉ ਮੇਂ ਬੇੜੀ ਡਾਲ ਦੀ ਸੱਜਾਦ ਨੇ, ਜ਼ੁਲਮ ਕੇ ਪਾਉ ਮੇਂ ਬੇੜੀ ਡਾਲ ਦੀ ਸੱਜਾਦ ਨੇ, ਫੈਸਲਾ ਕੁਲ ਜੰਗ ਜ਼ਾਲਿਮ ਸੇ ਲੜੀ ਸੱਜਾਦ ਨੇ, ਔਰ ਫਿਰ ਕੋਈ ਫਾਸਿਖ ਨਾ ਕਰ ਪਾਇਆ ਕਭੀ ਬਯਾ ਤਲਬ, ਸਰ ਸੇ ਪਾਉ ਤੱਕ ਪਹਿਨਾ ਦੀ ਹਥਕੜੀ ਸੱਜਾਦ ਨੇ। ਉਹਦਾ ਸ਼ੇਰ ਪੇਸ਼ ਕਰਤਾ ਹੂੰ, ਕਬਲਾ ਤੱਕ ਕਬਲਾ ਕਬਲਾ ਤੱਕ ਤੈਅ ਕੀਆ ਸ਼ਬੀਰ ਨੇ ਆਪਣਾ ਸਫ਼ਰ। ਮੁਨੀਰ ਭਾਈ ਬਹੁਤ ਚਲਿਆ, ਪਹਿਲੇ ਬਾਤ ਕਰ ਲੀਜੀਏ ਆਪ, ਕਬਲਾ ਤੱਕ ਤੈਅ ਕੀਆ ਸ਼ਬੀਰ ਨੇ ਆਪਣਾ ਸਫ਼ਰ, ਕਰਬਲਾ ਕੇ ਬਾਅਦ ਕੀ ਸਾਰੀ ਸਦੀ ਸੱਜਾਦ ਨੇ, ਕਰਬਲਾ ਤੱਕ ਤੈਅ ਕੀਆ ਸ਼ਬੀਰ ਨੇ ਆਪਣਾ ਸਫ਼ਰ, ਕਰਬਲਾ ਕੇ ਬਾਅਦ ਕੀ ਸਾਰੀ ਸਦੀ ਸੱਜਾਦ ਨੇ। ਔਰ ਸ਼ਾਮ ਕੇ ਬਾਜ਼ਾਰ ਮੇਂ ਤਨਹਾ ਥੀ ਇੱਕ ਜ਼ਾਲਿਮ ਕੀ ਲਾਸ਼, ਸ਼ਾਮ ਕੇ ਬਾਜ਼ਾਰ ਮੇਂ ਤਨਹਾ ਥੀ ਇੱਕ ਜ਼ਾਲਿਮ ਕੀ ਲਾਸ਼, ਠੋਕ ਦੀ ਇਹ ਕੀਲ ਉਸ ਪੇ ਆਖਰੀ ਸੱਜਾਦ ਨੇ, ਸ਼ਾਮ ਕੇ ਬਾਜ਼ਾਰ ਮੇਂ ਤਨਹਾ ਥੀ ਇੱਕ ਜ਼ਾਲਿਮ ਕੀ ਲਾਸ਼,
شام کے بازار میں تنہا تھی ایک ظالم کی لاش، شام کے بازار میں تنہا تھی ایک ظالم کی لاش، ٹھوک دیے کیل اس پہ آخری سجاد نے، اور شیر پیش کرتا ہوں کھل گئی آنکھیں سبھی کی۔ شام کے بازار میں تنہا تھی ایک ظالم کی لاش، ٹھوک دیے کیل اس پہ آخری سجاد نے، شام کے بازار میں تنہا تھی ایک ظالم کی لاش، ٹھوک دیے کیل اس پہ آخری سجاد نے، کھل گئی آنکھیں سبھی کی، جاگ اٹھا ہر ضمیر، جاگ کھل گئی آنکھیں سبھی کی، جاگ اٹھا ہر ضمیر، جب کیا ہے آدمی کو آدمی سجاد نے، جب کیا ہے آدمی کو آدمی سجاد نے۔ اولاد آخری شعر کربلا کی شاعری میں زخم بھی مرہم بھی ہے، کربلا کی شاعری میں زخم بھی مرہم بھی ہے، مرثیہ خانی کی ہے پیروی سجاد نے، کربلا کی شاعری میں زخم بھی مرہم بھی ہے، مرثیہ خانی کی ہے پیروی سجاد نے، اور ظلم کے پاؤں میں بیڑی ڈال دی سجاد نے، فیصلہ کل جنگ ظالم سے لڑی سجاد نے، پھر کوئی فاسق نہ کر پایا کبھی بجا طلب، سر سے پاؤں تک پہنا دی ہتھکڑی سجاد نے۔